ਸਤਿ ਸ਼੍ਰੀ ਅਕਾਲ, ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਨਿਰਭਿਆ ਨੂੰ ਮਿਲਿਆ ਇਨਸਾਫ਼, ਚਾਰੇ ਦੋਸ਼ੀਆਂ ਨੂੰ ਹੋਈ ਫਾਂਸੀ। ਪੰਜਾਬ ਸਰਕਾਰ ਨੇ ਇੰਟਰਨੈਟ ਸੇਵਾਵਾਂ ਬੰਦ ਹੋਣ ਦੀਆਂ ਖਬਰਾਂ ਤੋਂ ਕੀਤਾ ਇਨਕਾਰ। ਪ੍ਰਧਾਨ ਮੰਤਰੀ ਦੇ ਜਨਤਾ ਕਰਫਿਊ ਤੋਂ ਲੋਕ ਨਿਰਾਸ਼, ਕਿਹਾ ਇੱਕ ਦਿਨ ਨਾਲ ਨਹੀਂ ਰੁਕੇਗਾ ਕੋਰੋਨਾ ਵਾਇਰਸ। ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ। ਤੇ ਹੁਣ ਇਹਨਾਂ ਖਾਸ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਅਹਿਮ ਖਬਰਾਂ। 7 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨਿਰਭਿਆ ਦੇ 4 ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਪਵਨ ਗੁਪਤਾ, ਵਿਨੇ ਸ਼ਰਮਾ, ਮੁਕੇਸ਼ ਸਿੰਘ ਤੇ ਅਕਸ਼ੇ ਕੁਮਾਰ ਸਿੰਘ ਨੂੰ ਅੱਜ ਸਵੇਰੇ 5:30 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਸੂਤਰਾਂ ਮੁਤਾਬਕ ਸਵੇਰੇ 3:15 ਵਜੇ ਇਹਨਾਂ ਨੂੰ ਜਗਾਇਆ ਗਿਆ। ਫਾਂਸੀ ਘਰ ਪਹੁੰਚਦਿਆਂ ਹੀ ਚਾਰੇ ਦੋਸ਼ੀ ਜ਼ਮੀਨ ਤੇ ਲੇਟ ਗਏ। ਉਹ ਰੋਣ ਲੱਗੇ ਤੇ ਮਾਫ਼ੀ ਮੰਗਣ ਲੱਗੇ। ਬਾਅਦ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਦਦ ਨਾਲ ਉਹਨਾਂ ਨੂੰ ਅੱਗੇ ਲਿਜਾਇਆ ਗਿਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਭਿਆ ਕੇਸ ਦੇ 4 ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਤੇ ਟਵੀਟ ਕੀਤਾ ਏ। ਪੀਐਮ ਮੋਦੀ ਨੇ ਕਿਹਾ ਏ ਕਿ ਨਿਆਂ ਦੀ ਜਿੱਤ ਹੋਈ ਹੈ। ਉਹਨਾਂ ਕਿਹਾ ਕਿ ਔਰਤਾਂ ਦੀ ਗਰਿਮਾ, ਉਹਨਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨਾ ਬਹੁਤ ਜ਼ਰੂਰੀ ਹੈ। ਫਾਈਨਲੀ ਉਨਕੋ ਫਾਂਸੀ ਪੇ ਲਟਕਾ ਦਿਆ ਗਿਆ ਹੈ। ਇਹ ਅੱਜ 7 ਸਾਲ ਕਾ ਸੰਘਰਸ਼ ਥਾ। ਇਹ ਪਹਿਲੀ ਵਾਰ ਹੈ ਜੋ 4 ਮੁਜਰਮੋ ਕੋ ਫਾਂਸੀ ਪੇ ਲਟਕਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਇੱਕ ਦੇਸ਼ ਮੇ ਬੱਚੀ ਕੇ ਸਾਥ ਰੇਪ ਬਲਾਤਕਾਰ ਹੁਆ ਥਾ। ਅੱਜ ਪਹਿਲੀ ਵਾਰ ਉਸਕੋ ਇਨਸਾਫ ਮਿਲਾ। ਆਜ ਕਾ ਦਿਨ 20 ਮਾਰਚ ਹੈ। ਆਜ ਕਾ ਦਿਨ ਹਮਾਰੀ ਬੱਚਿਓ ਕੇ ਨਾਮ, ਹਮਾਰੀ ਮਹਿਲਾਓ ਕੇ ਨਾਮ, ਕਿਉਂਕਿ ਆਜ ਕਾ ਦਿਨ ਨਿਰਭਿਆ ਕੋ ਇਨਸਾਫ ਮਿਲਾ, ਪੂਰੇ ਦੇਸ਼ ਕੇ ਬੱਚਿਓ ਕੇ ਇਨਸਾਫ ਮਿਲਾ। ਮੈਂ ਸਭੀ ਲੋਗੋ ਕੋ ਬਹੁਤ ਬਹੁਤ ਧੰਨਵਾਦ ਦੇਤੀ ਹੂੰ। ਖਾਸ ਕਰ ਦੇਰ ਸੇ ਹੀ ਸਹੀ ਇਨਸਾਫ ਮਿਲਾ, ਮੈਂ ਆਪਣੇ ਜੁਧਿਸ਼ਟਰੀ ਕੋ, ਆਪਣੇ ਨਿਆਂ ਵਿਵਸਥਾ ਕੋ, ਆਪਣੇ ਰਾਸ਼ਟਰਪਤੀ ਮਹਾਮਹਿਮ ਕੋ, ਆਪਣੇ ਸਰਕਾਰੋ ਕੋ ਬਹੁਤ ਬਹੁਤ ਧੰਨਵਾਦ ਦੇਤੀ ਹੂੰ ਕਿ ਜਿਸ ਤਰ੍ਹਾਂ ਸੇ ਨਿਰਭਿਆ ਕੇ ਕੇਸ ਮੇ ਡਿਲੇ ਟੈਕਟਿਕਸ ਅਪਣਾਈ ਗਈ, ਇੱਕ ਇੱਕ ਕਰਕੇ ਪਟੀਸ਼ਨ ਡਾਲੀ ਗਈ। ਲੇਕਿਨ ਜਿਸ ਤਰ੍ਹਾਂ ਸੇ ਪਟੀਸ਼ਨ ਡਾਲੀ ਗਈ, ਉਸੀ ਤਰ੍ਹਾਂ ਸੇ ਹਮਾਰੀ ਅਦਾਲਤੋ ਨੇ ਸਕ੍ਰਿਯ ਹੋਕਰ ਇੱਕ ਇੱਕ ਪਟੀਸ਼ਨ ਕੋ ਖਾਰਿਜ ਕੀਆ। ਫਾਈਨਲੀ ਅੱਜ ਹਮ ਉਸ ਮੁਕਾਮ ਪੇ ਪਹੁੰਚੇ, ਉਨਕੋ ਫਾਂਸੀ ਦੀ ਗਈ, ਨਿਰਭਿਆ ਕੋ ਇਨਸਾਫ ਮਿਲਾ। ਜਿਸ ਤਰ੍ਹਾਂ ਸੇ 2012 ਮੇ ਘਟਨਾ ਹੋਈ ਥੀ ਨਿਰਭਿਆ ਕੇ ਸਾਥ, ਲੋਕ ਸ਼ਰਮਸਾਰ ਹੋਏ ਥੇ, ਹਮਾਰਾ ਦੇਸ਼ ਸ਼ਰਮਸਾਰ ਹੁਆ ਥਾ। ਲੇਕਿਨ ਫਾਈਨਲੀ ਦੇਰ ਸੇ ਹੀ ਸਹੀ, ਲੇਕਿਨ ਅੱਜ ਹਮਾਰੀ ਜੁਧਿਸ਼ਟਰੀ ਨੇ ਇਨ ਚਾਰੋ ਕੋ ਫਾਂਸੀ ਦੇ ਕਰ ਸਾਬਿਤ ਕੀਆ ਕਿ ਨਹੀਂ, ਅਗਰ ਮਹਿਲਾਓ ਕੇ ਸਾਥ, ਬੱਚਿਓ ਕੇ ਸਾਥ ਅਗਰ ਐਸਾ ਘਿਨਾਉਣਾ ਅਪਰਾਧ ਹੋਗਾ ਤੋ ਬੱਚਿਓ ਕੋ ਇਨਸਾਫ ਮਿਲੇਗਾ ਔਰ ਮੁਜਰਮੋ ਕੋ ਸਜ਼ਾ ਮਿਲੇਗੀ। ਹਮਾਰੀ ਬੱਚੀ ਇਸ ਦੁਨੀਆ ਮੇ ਨਹੀਂ ਹੈ, ਨਹੀਂ ਆਨੇ ਵਾਲੀ ਹੈ। ਲੇਕਿਨ ਇਹ ਲੜਾਈ ਹਮ ਬੱਚੀ ਕੇ ਜਾਣੇ ਕੇ ਬਾਅਦ ਸ਼ੁਰੂ ਕੀਏ ਥੇ, ਤਾਂ ਕਹੀਂ ਨਾ ਕਹੀਂ ਇਹ ਲੜਾਈ, ਇਹ ਸੰਘਰਸ਼ ਦੇਸ਼ ਕੇ ਬੱਚਿਓ ਕੇ ਲੀਏ ਥਾ, ਨਿਰਭਿਆ ਕੇ ਇਨਸਾਫ ਕੇ ਲੀਏ ਥਾ। ਨਿਰਭਿਆ ਕੋ ਇਨਸਾਫ ਮਿਲਾ, ਲੇਕਿਨ ਆਗੇ ਵੀ ਇਸ ਲੜਾਈ ਕੋ ਹਮ ਜਾਰੀ ਰੱਖੇਂਗੇ ਕਿ ਹਮਾਰੇ ਦੇਸ਼ ਮੇ ਬੱਚਿਓ ਕੋ ਨਿਆਂ ਮਿਲੇ ਔਰ ਐਸਾ ਦੁਸ਼ਕਰਮ ਨਾ ਹੋ। ਮੈਂ ਜੈਸੇ ਸੁਪਰੀਮ ਕੋਰਟ ਸੇ ਆਈ, ਮੈਨੇ ਉਸਕੇ ਆਗੇ ਹੱਥ ਜੋੜਾ, ਤਸਵੀਰ ਕੋ ਗਲੇ ਲਗਾਈ ਔਰ ਮੈਨੇ ਕਿਹਾ ਕਿ ਬੇਟਾ ਆਜ ਆਪਕੋ ਇਨਸਾਫ ਮਿਲ ਗਿਆ। ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਰਾਜ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵਾਲੀ ਜਾਣਕਾਰੀ ਤੇ ਵਿਸ਼ਵਾਸ ਨਾ ਕਰਨ। ਉਹਨਾਂ ਅਫਵਾਹਾਂ ਤੇ ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਚੰਡੀਗੜ੍ਹ ਯੂਟੀ ਪ੍ਰਸ਼ਾਸਨ ਵੀ ਆਨਲਾਈਨ ਫੇਕ ਜਾਣਕਾਰੀ ਤੇ ਨਜ਼ਰ ਰੱਖ ਰਿਹਾ ਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਣੇ ਤੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਬੁਨਿਆਦੀ ਲੋੜਾਂ ਦੀ ਘਾਟ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਇਸ ਦੀ ਉਪਲਬਧਤਾ ਨੂੰ ਲੈ ਕੇ ਫਿਕਰ ਕਰਨ ਦੀ ਜ਼ਰੂਰਤ ਹੈ। ਕਈ ਇਲਾਕਿਆਂ ਵਿੱਚ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜਿਸ ਕਰਕੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਕੋਰੋਨਾ ਵਾਇਰਸ ਜਿੱਥੇ ਚੀਨ ਤੇ ਇਟਲੀ ਵਿੱਚ ਆਪਣੀ ਤਬਾਹੀ ਮਚਾ ਚੁੱਕਾ ਏ ਤੇ ਸੈਂਕੜੇ ਜਾਨਾਂ ਲੈ ਚੁੱਕਾ ਏ, ਉੱਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਇੱਕ ਸੰਬੋਧਨ ਦੇਸ਼ ਦੇ ਨਾਮ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਜਨਤਾ ਕਰਫਿਊ ਲਗਾਉਣ ਦੀ ਗੱਲ ਕਹੀ ਤੇ ਐਤਵਾਰ ਨੂੰ ਲੋਕਾਂ ਨੂੰ ਘਰ ਵਿੱਚ ਹੀ ਰਹਿਣ ਲਈ ਕਿਹਾ। ਪਰ ਪ੍ਰਧਾਨ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਲੋਕਾਂ ਦੀ ਰਲੀ ਮਿਲੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ। ਵਪਾਰੀ ਵਰਗ ਤੇ ਡਾਕਟਰਾਂ ਸਣੇ ਆਮ ਲੋਕਾਂ ਨੇ ਵੀ ਇਸ ਨੂੰ ਬਹੁਤਾ ਕਾਰਗਰ ਨਹੀਂ ਦੱਸਿਆ। ਪ੍ਰਧਾਨ ਮੰਤਰੀ ਦੇ ਐਲਾਨ ਨੂੰ ਲੈ ਕੇ ਜਿੱਥੇ ਆਮ ਲੋਕਾਂ ਨੇ ਕਿਹਾ ਕਿ ਇੱਕ ਦਿਨ ਬੰਦ ਨਾਲ ਬਹੁਤਾ ਅਸਰ ਨਹੀਂ ਪੈਣ ਵਾਲਾ, ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਸੀ ਕਿ ਪ੍ਰਧਾਨ ਮੰਤਰੀ ਗਰੀਬਾਂ ਲਈ ਕੋਈ ਰਾਹਤ ਜ਼ਰੂਰ ਜਾਰੀ ਕਰਨਗੇ, ਆਮ ਲੋਕਾਂ ਨੂੰ ਕਾਲਾਬਜ਼ਾਰੀ ਤੋਂ ਕੁਝ ਰਾਹਤ ਦੇਣਗੇ, ਪਰ ਉਹਨਾਂ ਨੇ ਉਲਟਾ ਆਮ ਲੋਕਾਂ ਨੂੰ ਹੀ ਕੁਝ ਕਰਨ ਲਈ ਕਹਿ ਦਿੱਤਾ। ਉਧਰ ਵਪਾਰੀਆਂ ਨੇ ਵੀ ਕਿਹਾ ਹੈ ਕਿ ਇੱਕ ਦਿਨ ਬੰਦ ਨਾਲ ਕੋਰੋਨਾ ਵਾਇਰਸ ਦਾ ਬਹੁਤਾ ਅਸਰ ਨਹੀਂ ਪਵੇਗਾ, ਪਰ ਵਪਾਰ ਜ਼ਰੂਰ ਜੋ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ ਉਹ ਖਤਮ ਹੋ ਜਾਵੇਗਾ। ਇੱਕ ਪਾਸੇ ਤਾਂ ਜਨਤਾ ਜੂਝ ਰਹੀ ਹੈ ਆਰਥਿਕ ਸਮੱਸਿਆ ਨੂੰ, ਇੱਕ ਪਾਸੇ ਹਰ ਜਗ੍ਹਾ ਕਰਿਆਨੇ ਦੁਕਾਨਾਂ ਭਰੀਆਂ ਹੀ ਹੈ ਜਿਹਦੇ ਵਿੱਚ ਗਾਹਕ ਨੂੰ
ਤਾਂ ਗਾਹਕ ਨੂੰ ਤਾਂ ਕੀ ਫਾਇਦਾ ਮਿਲਣਾ ਹੈਗਾ? ਸਰਕਾਰ ਦਾ ਤਾਂ ਇਸ ਪਾਸੇ ਕੋਈ ਧਿਆਨ ਨਹੀਂ ਕਿ ਲੋਕਾਂ ਨੂੰ ਆਰਥਿਕ ਸਮੱਸਿਆ 'ਚੋਂ ਕੱਢ ਕੇ ਕੋਈ ਖਾਣ ਪੀਣ ਦੀ ਚੀਜ਼ਾਂ ਦਾ ਉਹਨੂੰ ਉਪਲਬਧ ਕਰਾਈਆਂ ਜਾਣ ਜਾਂ ਕੋਈ ਪੈਕੇਜ ਦਿੱਤਾ ਜਾਵੇ। ਇੰਡਸਟਰੀ ਦੀ ਪੋਜੀਸ਼ਨ ਇਸ ਵੇਲੇ ਇਹ ਚੱਲ ਚੁੱਕੀ ਹੈ, ਉੱਥੇ ਲੇਬਰ ਨੂੰ ਪੈਸੇ ਦੇਣੇ ਪੈ ਰਹੇ ਹੈ, ਮਿਨੀਮਮ ਚਾਰਜਿਸ ਬਿਜਲੀ ਬਿੱਲ ਦੇਣਾ ਪੈ ਰਿਹਾ ਹੈ, ਬੈਂਕ ਦਾ ਵਿਆਜ ਪੈ ਰਿਹਾ ਹੈ, ਔਰ ਸਾਰਾ ਕੁਛ ਬੰਦ ਹੋ ਚੁੱਕਾ ਟੋਟਲ। ਸਰਕਾਰ ਨੂੰ ਉੱਧਰ ਧਿਆਨ ਕਰਨਾ ਚਾਹੀਦਾ ਕਿ ਅਸੀਂ ਇਹਨਾਂ ਦੀ ਕਿਸ ਤਰ੍ਹਾਂ ਸਹਾਇਤਾ ਕਰ ਸਕਦੇ ਹਾਂ। ਸਰਕਾਰ ਉਲਟ ਪੁਲਟ ਜਿਹੜਾ ਹੁਣ ਪਰਸੋਂ ਜਿਹੜਾ ਕਰਫਿਊ ਲੱਗੇਗਾ ਉਹਦੇ ਨਾਲ ਆਰਥਿਕ ਸਮੱਸਿਆ ਜਾਂ ਕੁਛ ਹੋਰ ਹੋਣ ਵਾਲਾ ਨਹੀਂ। ਉਸ ਮੋਦੀ ਸਾਹਿਬ ਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਕਰ ਰਹੋ, ਅਗਰ ਜ਼ਰੂਰੀ ਕੰਮ ਹੈ ਤੁਸੀਂ ਜਾਓ, ਕਰਫਿਊ ਲਾਉਣ ਦਾ ਕੋਈ ਇਹ ਸਮੱਸਿਆ ਦਾ ਸਮਾਧਾਨ ਨਹੀਂ ਹੋਣਾ ਕਰਫਿਊ ਲਾਉਣ ਨਾਲ। ਇਹ ਉਹ ਚੀਜ਼ ਸਿਖਾ ਰਹੇ ਜਿਹਨਾਂ ਆਰਥਿਕ ਸਮੱਸਿਆ 'ਚ ਹੋਰ ਨਵੀਂ ਫਸ ਜਾਵੇ। ਜਿਹੜਾ ਬੰਦਾ ਐਤਵਾਰ ਨੂੰ ਵੀ ਪੈਸੇ ਕੁਛ ਕਮਾਉਂਦਾ ਹੈ ਉਹ ਕਮਾਈ ਤੋਂ ਵੀ ਗਿਆ। ਜਿਹੜਾ ਵਾਇਰਲ ਫੈਲਿਆ ਹੋਇਆ ਹੈ, ਜਦ ਤੋਂ ਪ੍ਰਧਾਨ ਮੰਤਰੀ ਜੀ ਦਾ ਕੱਲ੍ਹ ਤੋਂ ਸੰਦੇਸ਼ ਸੀ ਕਿ 8 ਵਜੇ ਉਹ ਦੇਸ਼ ਨੂੰ ਸੰਬੋਧਨ ਕਰਨਗੇ, ਤਾਂ ਬੜੀਆਂ ਉਮੀਦਾਂ ਲਾ ਕੇ ਅਸੀਂ ਟੀ ਵੀ ਲਾਗੇ ਬੈਠ ਗਏ ਕਿ ਅੱਜ ਪ੍ਰਧਾਨ ਮੰਤਰੀ ਸ਼ਾਇਦ ਸਾਡੀਆਂ ਮੁਸੀਬਤ ਨੂੰ ਦੇਖਦੇ ਹੋਏ ਕਿ ਵੱਡਾ ਐਲਾਨ ਕਰਨਗੇ। ਪਰ ਬੜਾ ਦੁੱਖ ਹੋਇਆ ਜਦ ਉਹਨਾਂ ਨੇ ਦੇਸ਼ ਦੀ ਜਨਤਾ ਲਈ ਕੁਛ ਵੀ ਸੰਦੇਸ਼ ਨਹੀਂ ਦਿੱਤਾ, ਸਿਰਫ ਉਹਨਾਂ ਨੇ ਸਾਡੇ ਤੋਂ ਹੀ ਉਮੀਦ ਜਿਤਾਈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਕਰ ਸਕਦੇ ਹੋ। ਜਦਕਿ ਬਾਕੀ ਦੇਸ਼ਾਂ ਦੇ ਪ੍ਰਧਾਨ ਮੰਤਰੀ, ਮੈਂ ਕੱਲ੍ਹ ਹੀ ਪੜ੍ਹ ਰਿਹਾ ਸੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟੂਡੇ ਨੇ ਆਪਣੀ ਜਨਤਾ ਲਈ ਉਹਦੇ ਬੇਸ ਦੇ ਹਿਸਾਬ ਨਾਲ ਫੈਕਟਰੀਆਂ ਦੇ ਮਾਲਕਾਂ ਦਾ ਕੀ ਨੁਕਸਾਨ ਹੋ ਰਿਹਾ, ਵਰਕਰ ਦਾ ਕੀ ਨੁਕਸਾਨ ਹੋ ਰਿਹਾ, ਉਹਨਾਂ ਨੂੰ ਬਾਈ ਚੈੱਕ ਰਹੀ ਉਹਨਾਂ ਨੇ ਪੇਮੈਂਟ ਦਿੱਤੀ ਤਾਂ ਜੋ ਆਪਣਾ ਗੁਜ਼ਾਰਾ ਕਰ ਸਕਣ। ਅੱਜ ਲੋੜ ਸੀ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਉਹ ਗਰੀਬ ਲੋਕ ਜਿਹੜੇ ਦਿਹਾੜੀ ਲਾ ਕੇ ਸਵੇਰ ਤੋਂ ਸ਼ਾਮ ਸਵੇਰੇ ਕਮਾਉਂਦੇ ਹਨ ਸ਼ਾਮ ਨੂੰ ਖਾਂਦੇ ਹਨ ਉਹਨਾਂ ਲਈ ਕੁਛ ਕਹਿੰਦੇ। ਪਰ ਬੜਾ ਦੁੱਖ ਹੋਇਆ ਕਿ ਉਹਨਾਂ ਨੇ ਸਿਰਫ ਸਾਡੇ ਤੋਂ ਉਮੀਦ ਜਿਤਾਈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੇਸ਼ ਵਾਸੀ, ਤੁਸੀਂ ਜੋ ਝੜ ਰਹੇ ਹੋ। ਪਰ ਅੱਜ ਉਮੀਦ ਤੋਂ ਜਿਹੜੀ ਉਮੀਦ ਸੀ ਉੱਥੇ ਪ੍ਰਧਾਨ ਮੰਤਰੀ ਖਰੇ ਨਹੀਂ ਉਤਰੇ। ਲੰਬੇ ਸਮੇਂ ਤੋਂ ਰਾਜਨੀਤਿਕ ਤਕਰਾਰ ਤੋਂ ਬਾਅਦ ਆਖਿਰਕਾਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਖੁਦ ਰਾਜ ਭਵਨ ਗਏ ਤੇ ਰਾਜਪਾਲ ਨੂੰ ਮਿਲੇ ਤੇ ਆਪਣਾ ਅਸਤੀਫਾ ਸੌਂਪ ਦਿੱਤਾ। ਇਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਮਲਨਾਥ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਕਮਲਨਾਥ ਨੇ ਬੀਜੇਪੀ ਤੇ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਕਮਲਨਾਥ ਨੇ ਜੋਤੀਰਾਦਿੱਤਯ ਸਿੰਧੀਆ ਦਾ ਨਾਮ ਲਏ ਬਗੈਰ ਕਿਹਾ ਕਿ ਇੱਕ ਮਹਾਰਾਜਾ ਤੇ 22 ਲਾਲਚੀ ਲੋਕਾਂ ਨੇ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਰਚੀ ਸੀ। ਕਮਲਨਾਥ ਨੇ ਕਿਹਾ ਕਿ ਮੈਂ ਹਮੇਸ਼ਾ ਵਿਕਾਸ ਵਿੱਚ ਵਿਸ਼ਵਾਸ ਕਰਦਾ। ਉਹਨਾਂ ਕਿਹਾ ਕਿ ਸੂਬੇ ਨੂੰ ਧੋਖਾ ਦੇਣ ਵਾਲੇ ਨੇਤਾਵਾਂ ਨਾਲ ਲੋਕ ਕਦੇ ਵੀ ਇਨਸਾਫ ਨਹੀਂ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਪੀਕਰ ਐਨਪੀ ਪ੍ਰਜਾਪਤੀ ਨੇ ਫਲੋਰ ਟੈਸਟ ਤੋਂ ਪਹਿਲਾਂ ਕਈ ਵਿਧਾਇਕਾਂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਸੀ। ਉਹਨਾਂ ਕਿਹਾ ਕਿ ਉਹ ਹੁਣ ਤੱਕ ਕੁੱਲ 23 ਵਿਧਾਇਕਾਂ ਦੇ ਅਸਤੀਫਿਆਂ ਨੂੰ ਸਵੀਕਾਰ ਕਰ ਚੁੱਕੇ ਨੇ। ਇਸ ਵਿੱਚ 22 ਕਾਂਗਰਸ ਤੇ 1 ਭਾਜਪਾ ਵਿਧਾਇਕ ਸ਼ਾਮਲ ਨੇ। ਮੈਨੇ ਇਹ ਤੈਅ ਕੀਆ ਕਿ ਇਹ ਜੋ 9 ਮਾਰਚ ਕੋ ਇਹ 16 ਵਿਧਾਇਕੋ ਕੋ ਲੇ ਗਏ ਕੌਣ ਸੇ ਜਾ 16 9 ਮਾਰਚ ਕੋ 16 ਕੋ ਲੇ ਗਏ ਕਿਸ ਜਾਤ ਮੇ ਲੇ ਗਏ ਕਿਸਨੇ ਉਸਕਾ ਵਿਵਸਥਾ ਕਰੀ ਕਿਸਨੇ ਉਸਕਾ ਪੈਸਾ ਦੀਆ ਕਹਾਂ ਠਹਿਰੇ ਕਿਸ ਪ੍ਰਕਾਰ ਕਾ ਦਬਾਵ ਥਾ ਆਗੇ ਆਨੇ ਵਾਲੇ ਸਮੇਂ ਬਤਾਏਗਾ। ਸਭ ਕੋ ਯਾਦ ਰੱਖਣਾ ਹੈ ਕਿ ਆਜ ਕੇ ਬਾਅਦ ਕੱਲ ਵੀ ਆਤਾ ਹੈ, ਕੱਲ ਕੇ ਬਾਅਦ ਪਰਸੋਂ ਵੀ ਆਤਾ ਹੈ, ਔਰ ਪਰਸੋਂ ਆਏਗਾ, ਪਰਸੋਂ ਆਏਗਾ, ਜਨਤਾ ਗਵਾਹ। ਮੈਨੇ ਇਹ ਤੈਅ ਕੀਆ ਹੈ ਕਿ ਆਜ ਮੈਂ ਰਾਜਪਾਲ ਕੋ ਆਪਣਾ ਅਸਤੀਫਾ ਦੂੰਗਾ, ਔਰ ਇਸਕਾ ਕਾਰਨ ਇਹ ਹੀ ਹੈ ਜਿਸ ਸਿਧਾਂਤੋਂ ਔਰ ਮੂਲਿਓ ਕਾ ਪਾਲਨ ਮੈਨੇ ਕੀਆ ਹੈ। ਮੈਂ ਵੋ ਨਿਲਾਮੀ ਔਰ ਸੌਦੇ ਕੀ ਰਾਜਨੀਤੀ ਮੈਂ ਕਭੀ ਪੜ੍ਹਾ ਨਹੀਂ, ਮੈਨੇ ਸਾਫ ਔਰ ਸਪਸ਼ਟ ਰਾਜਨੀਤੀ ਕਰੀ, ਮੈਨੇ ਮੂਲਿਓ ਕੀ ਰਾਜਨੀਤੀ ਕਰੀ, ਔਰ ਮੈਨੇ ਹਮੇਸ਼ਾ ਕਹਾ ਔਰ ਪੂਰਾ ਮੀਡੀਆ ਔਰ ਪੂਰੀ ਜਨਤਾ ਗਵਾਹ ਕਿ 15 ਸਾਲ ਕੇ ਵੀ ਭਾਰਤੀ ਜਨਤਾ ਪਾਰਟੀ ਕੇ ਕਾਰਜਕਾਲ ਮੇਂ ਕੋਈ ਨਹੀਂ ਮੇਰੇ ਉੱਪਰ ਉਂਗਲੀ ਉਠਾ ਸਕਦਾ।
रूपनगर विच कोरोना वायरस की शक्की एक 8 साल की लड़की नू सरकारी हस्पताल दे स्पेशल वार्ड विच दाखिल किया गया है। कहा जा रहा है कि नवा शहर विच जिस बजुर्ग व्यक्ति की मौत कोरोना वायरस करके हुई वह व्यक्ति आनंदपुर साहब गया सी। आनंदपुर साहब तो इस लड़की नू कल रोपड़ लिया गया जिसनों बुखार है। लड़की के पिता भी उसके नाल इस वार्ड विच ने ते उन्होंने सेहत विभाग के प्रबंधा ते सवाल खड़े करदिया कहा कि इतने किसी भी तरह की कोई सहूलत नहीं है ते सारी रात उन्होंने बच्ची नू ना तो कोई डॉक्टरी सहायता मिली ते ना ही हस्पताल का कोई स्टाफ उन्होंने सार लैन लई आया। उन्हें कहा कि बीते कल तो वह ते उन्होंने बच्ची भुखे ने सारी रात ये बच्ची ते उसका पिता हस्पताल स्टाफ नू उड़ीकदा रहा। मेरी बेटी मैं एक वैसे नॉर्मल चैकअप वास्ते राती गया भी कि कोई प्रॉब्लम ना हो दो दिन तो बुखार से सरकारी हॉस्पिटल गया उन्होंने मतलब माड़ा मोटा चैकअप किया। उन्हें कहा कोई गल नहीं नॉर्मल वायरल बुखार है कोई दिक्कत नहीं ठीक हो जूगा। फिर कई क्यासदा ला लग गए भी हाँ शायद आ ना हो ना हो मुड़ के डॉक्टर रणबीर नाल कॉन्टैक्ट किया भी तुम चैक करवा के उन्होंने चैक किया कहते थोड़ी देर रुको रोपड़ गल हो रही है मेरी रोपड़ मैं हो रहा मीटिंग हो रही है हो रहा वो हो रहा चलो होंगे करते 11 बज गए 12 बज गए 1 बज गया 1 बजे डॉक्टर साहब ने कहता हूँ सानू जाना पैना थोड़े टैस्ट का प्रबंध कर लिया मैं जो कोरोना का होंगे है रोपड़ सा टैस्ट करवाने जाना मैं भी नाल चलता उन्हें अलग गड्डी अपनी ले सू जी गड्डी तुम इतने आए उही गड्डी लैके चलो इतने पहुंचे आ गए इतने 1:30 बजे के गेट 3 डॉक्टरों की टीम सी उन्होंने सूँ इतने जो वार्ड बनाया गया उन्होंने टैस्ट किया आके टैस्ट तो बाद मैं जाते जाते कहा भी बेटी तू बुखार है इनू बुखार की दवाई दे दो कोई इदा सू सिमटम नहीं लगे है जो कोरोना के होंगे है तो कहनी चलो कोई नहीं ऐसा तो कुछ नहीं है बाकी सवेरे देखा तो मैं क्या कोई दवाई हूँ दे दो इनू साढ़े कोई इतने है नहीं ना असं नाल लै गए आनंदपुर साहब तो आई घंटे का सफर करके तो कहती मैं पानी दे दो पानी का प्रबंध है नहीं कोई नहीं दिने हूँ देखते दिने हूँ देखते सवेर करती जी सवेर में मुड़ के इतने 3 मुलाजम बहर लाए हुए आ कुंडा लगे तुम देख सकते हैं इतों बहर नहीं जान देंगे 1.5 घंटा कलेश करने तो बाद मुलाजमान ने बेचारे ने थले बार बार बुलाने तो 1.5 घंटे मगरों एक मैडम नर्स के डॉक्टर जो भी आई है लेडी वो कहती मैं पानी दे दो मैडम प्लीज रात की बेटी प्यासी वो कर दी मैं बुकां नाल बाथरूम दे बुकां नाल पानी लिया रहा मैं तो कहती मेरी ड्यूटी पानी दे थोड़ी ना कहती मैं थले पेशेंट होर भी देखने हैं तो मैं ठीक है भी थोड़ा यही जवाब है फिर मुड़ के जब मैं माड़ा जहा डराया मैं भी इस तरह करके मैं किसी भी फोन कर सकता डीसी फोन कर सकता भी थोड़ा मैं इतों वो कर ला तो कहती चलो मैं अपने को लिया नहीं है पानी लिया वो भी 1.25 घंटे मगरों एक पानी की बोतल दी एक बिस्कुटों का पैकेट दिता दवाई दी है वो हूँ मेरी बेटी वो पानी पी के हूँ सुती पई है दवाई हद तक नहीं ली उन्हें बार बार मैं मुड़ के कहा मैं खाण पीन कुछ देना करना मैं कुछ चाह पीनी है मैं सवेर का भुखा पाना रात का कहने तुम अपने रिश्तेदारों को मंगवा लो मैं राती थोड़ा यह जवाब से थोड़ा रोटी पानी भी असी देना थोड़ा बाहर नहीं आन देना जो मैं अपने रिश्तेदार तो इतने मेरी सिस्टर है वह तो मंगवाया चाह पानी मंगवाया उत्थे मुड़े पुलिस वाले ने घेर लिया कहते थोड़ी फोटो खिंचो लेनिया तो थले जाके पहले डॉक्टर चैक कराओ तो चाह पानी दे सकते हैं उन्होंने बांह तो फड़ के थले लगे पुलिस वाले हूँ आम इंसान इतने की करे सिर्फ खज्जल खुआरी तो अलावा सरकारी हॉस्पिटल में होर कुछ नहीं है ना इन्हों को कोई प्रबंध है पुख्ता ना ये इलाज है इनके को पुख्ता इलाज है तुम कम से कम जो बीमार है बच्चा वह तो इलाज कर 8 साल की बच्ची है मेरी वह बीमारी का तो इलाज कर लो जो बीमार है सिर्फ नॉर्मल बुखार है वो नहीं इलाज करते कोरोना का कितों कर लो इलाज नहीं मैं सवेरे जाके आई हाँ देख के आई हूँ फीवर से 99 PCM सिरप उन्होंने मैं देख के आई हाँ मैं अपने तो कैंटीन चो पानी की बॉटल बिस्किट का पैकेट सवेरे प्रिस्क्राइब करके नहीं पर वो सारी रात उत्थे रहे है और सारी रात उन्होंने कुछ नहीं मिलिया तो हूँ भी जो नाल है उन्होंने भी कोई चीज नहीं मतलब उ खाण पीन कुछ भी दिता जा रहा है नहीं वो तो जो उनके रैलेटिव है वही देने थ्रू साढ़े के मतलब कि एवं जान नहीं दे रहे ना अंदर किसी को सू इनफॉर्म करेंगे असं उन्होंने नाल लैके जावे। कोरोना नूं लैके लोकां दे दिल विच डर बैठ गया है जद भी किसी बाहरों आए व्यक्ति नूं देखदे ने तां हरेक दे मन विच इही डर आंदा है कि इस नूं वी किते कोरोना वायरस ही ना होवे ते उस तों डरदे दूर ही रहिंदे ने। इसे तरह ही बठिंडा दे प्रताप नगर विच एक व्यक्ति जर्मन तों आ के अपने दोस्त कोल ठहरिया होया सी ते मुहल्ला वासियां नूं इस बारे पता लगा उन्हां तुरंत पुलिस नूं इतलाह दे दित्ती ते मौके ते सेहत विभाग ते पुलिस दी टीम पहुंच गई। सेहत विभाग दी टीम ने उसदा चैकअप कीता तां ओह व्यक्ति नॉर्मल पाया गया। टीमां उस बारे सारी जानकारी लैण तों बाद ਮੇਰੇ ਫਰੈਂਡ ਨੇ ਉਹਨਾਂ ਦਾ ਨਾਮ ਹਾਈਕੋ ਹੈ ਹਾਈਕੋ ਲੀਬੋਲਡ ਜਰਮਨ ਦੇਸ਼ ਤੋਂ ਆਏ ਨੇ ਤੇ ਲਗਭਗ 1.25 ਮਹੀਨਾ ਉਸ ਤੋਂ ਵੱਧ ਹੋ ਗਿਆ ਉਹਨਾਂ ਨੂੰ ਪਿਛਲੇ 10 ਫਰਵਰੀ ਦੇ ਇੱਥੇ ਆਏ ਹੋਏ ਨੇ ਸੋ ਬਿਲਕੁਲ ਠੀਕ ਠਾਕ ਨੇ ਅੱਜ ਟੀਮ ਆਉਣੇ ਤੁਲੰਗੇ ਹਾਂਜੀ ਅੱਜ ਮੈਡੀਕਲ ਟੀਮ ਆਈ ਸੀ ਹੈਲਥ ਸੁਪਰਵਾਈਜ਼ਰ ਆਏ ਸੀ ਜੀਜੀ ਸਿੰਘ ਜੀ ਤੇ ਉਹਨਾਂ ਨੇ ਸਾਰੀ ਡਿਟੇਲ ਪੁੱਛੀ ਵੀ ਕਿੱਥੋਂ ਆਏ ਨੇ ਕਿਵੇਂ ਉਹ ਸਾਰੀ ਚੀਜ਼ ਉਹਨਾਂ ਦਾ ਵੇਰਵਾ ਮੈਂ ਦਿੱਤਾ ਉਹਨਾਂ ਨੂੰ ਤੇ ਉਹਨਾਂ ਨੇ ਪਤਾ ਵੀ ਕੀਤਾ ਦੇਖਿਆ ਵੀ ਆ ਵੀ ਫਿਜ਼ੀਕਲੀ ਵੀ ਤੇ ਸਭ ਚੀਜ਼ਾਂ ਨਾਲ ਬਿਲਕੁਲ ਠੀਕ ਹੈ ਕੋਈ ਬੁਖਾਰ ਨਹੀਂ ਹੈ ਉਹਨਾਂ ਨੂੰ ਕੋਈ ਖੰਘ ਨਹੀਂ ਹੈ ਕਿਸੇ ਤਰ੍ਹਾਂ ਦੀ ਸਾਹ ਦੀ ਤਕਲੀਫ ਨਹੀਂ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਕੋਈ ਹੈਲਥ ਇਸ਼ੂ ਨਹੀਂ ਹੈਗਾ ਉਹਨਾਂ ਨੂੰ ਠੀਕ ਨੇ ਬਿਲਕੁਲ
ਅੱਛਾ ਇਹ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਨੇ? ਇਹ ਜੀ ਮਿਸ਼ੈਲ ਸਟੈਡ ਹੈ, ਜਰਮਨ ਦੇ ਵਿੱਚ ਉੱਥੋਂ ਆਏ ਨੇ। ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਆਏ? ਇਹਨਾਂ ਨੂੰ ਇੱਥੇ ਆਏ 10 ਫਰਵਰੀ ਦੇ ਆਏ ਹੋਏ ਨੇ, ਆਲਮੋਸਟ ਸਵਾ ਮਹੀਨਾ ਹੋ ਗਿਆ ਇੱਥੇ ਆਏ ਹੋਏ। ਇਹ ਅਸੀਂ ਅੱਜ ਸਰਸਰੀ ਗਾਸ਼ਤ ਕਰਦੇ ਰਹੇ ਫਿਰਦੇ ਸੀਗੇ ਇੱਥੇ ਪ੍ਰਤਾਪ ਨਗਰ 'ਚ, ਤੇ ਗਾਸ਼ਤ ਦੌਰਾਨ ਸਾਨੂੰ ਪਤਾ ਲੱਗਿਆ ਵੀ ਇਹ 25 ਨੰਬਰ ਗਲੀ 'ਚ ਹਰਨ ਜੀ ਦੇ ਘਰੇ ਕੋਈ ਬਾਹਰੋਂ ਜਰਮਨ ਤੋਂ ਬੰਦਾ ਆਇਆ ਹੈਗਾ। ਤੇ ਅਸੀਂ ਆ ਕੇ ਜਦੋਂ ਚੈੱਕ ਕੀਤਾ, ਉਹ ਵਾਕਈ ਜਰਮਨ ਤੋਂ ਆਇਆ ਸੀ। ਜਦੋਂ ਅਸੀਂ ਪੁੱਛਿਆ ਹਰਨ ਜੀ ਨੂੰ, ਜੇ ਕਹਿੰਦੇ 1 ਮਹੀਨਾ ਹੋ ਗਿਆ ਆਇਆ ਨੂੰ ਸਾਡੇ ਕੋਲ, ਫਿਰ ਅਸੀਂ ਕੰਟਰੋਲ ਰੂਮ 'ਤੇ ਦੱਸਿਆ, ਫਿਰ ਹੈਲਥ ਸੁਪਰਵਾਈਜ਼ਰ ਜੀ ਜਗਜੀਤ ਸਿੰਘ ਆਏ, ਇਹਨਾਂ ਨੇ ਚੈੱਕਅਪ ਕੀਤਾ, ਬੰਦਾ ਬਿਲਕੁਲ ਠੀਕ ਠਾਕ ਆ। ਜਲੰਧਰ ਦੇ ਦਮੋਰੀਆ ਪੁਲ ਦੇ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਉੱਥੇ ਇੱਕ ਬੰਬ ਨੁਮਾ ਵਸਤੂ ਮਿਲੀ। ਜਾਣਕਾਰੀ ਮੁਤਾਬਕ ਦਮੋਰੀਆ ਪੁਲ ਦੇ ਨਾਲ ਕਾਜ਼ੀ ਮੰਡੀ ਵਿੱਚ ਇੱਕ ਰਾਕਟ ਨੁਮਾ ਬੰਬ ਮਿਲਿਆ। ਮੌਕੇ ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਿਸ ਉਸ ਨੂੰ ਆਪਣੇ ਨਾਲ ਲੈ ਕੇ ਚਲੀ ਗਈ। ਜਦੋਂ ਇਸ ਬਾਰੇ ਇਲਾਕੇ ਦੇ ਲੋਕਾਂ ਨੂੰ ਪੁੱਛਿਆ ਗਿਆ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਪਾਰਕ ਵਿੱਚ ਬੈਠੇ ਹੋਏ ਸਨ ਤੇ ਬੱਚੇ ਉਹਨਾਂ ਦੇ ਕੋਲੋਂ ਗੁਜ਼ਰ ਰਹੇ ਸਨ ਜਿਨ੍ਹਾਂ ਦੇ ਹੱਥ ਵਿੱਚ ਇੱਕ ਬੋਰੀ ਫੜੀ ਹੋਈ ਸੀ। ਉਹਨਾਂ ਕਿਹਾ ਕਿ ਉਹ ਬੋਰੀ ਬਹੁਤ ਭਾਰੀ ਲੱਗ ਰਹੀ ਸੀ। ਜਦੋਂ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਉਹਨਾਂ ਨੂੰ ਪੁੱਲ ਦੇ ਕੋਲੋਂ ਮਿਲੀ ਹੈ। ਜਦੋਂ ਉਹਨਾਂ ਨੇ ਥੈਲੇ ਵਿੱਚ ਦੇਖਿਆ ਤਾਂ ਉਹਨਾਂ ਨੂੰ ਰਾਕਟ ਜਿਹਾ ਕੁਝ ਦਿਖਾਈ ਦਿੱਤਾ। ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਾਕਟ ਸ਼ੈਲਟਰ ਨੂੰ ਆਪਣੇ ਨਾਲ ਲੈ ਗਏ। ਅਸੀਂ ਪਾਰਕ 'ਚ ਬੈਠੇ ਸੀਗੇ ਅਤੇ 2-3 ਛੋਟੇ ਛੋਟੇ ਬੱਚੇ, ਇੱਕ ਥੈਲਾ ਜਿੱਦਾਂ ਬੋਰੀ ਨੂੰ ਕੋਈ ਚੀਜ਼ ਸੀ ਉਹ 'ਚ ਸੀਗਾ, ਜਿੱਦਾਂ ਕੋਈ ਭਾਰੀ ਚੀਜ਼ ਸੀਗੀ, ਸਾਨੂੰ ਲੱਗਿਆ ਕੋਈ ਵਜਨ ਵਾਲੀ ਚੀਜ਼ ਆ। ਅਤੇ ਅਸੀਂ ਬੱਚਿਆਂ ਨੂੰ ਕਿਹਾ ਵੀ ਕਾਕਾ ਬੋਰੀ 'ਚ ਕੀ ਆ, ਅਤੇ ਉਹਨੇ ਕਿਹਾ ਵੀ ਅੰਕਲ ਜੀ ਮੈਨੂੰ ਅੱਜ ਇੱਥੇ ਲੋਇਆ ਲੱਭਿਆ ਪੁੱਲ ਦੇ ਉੱਪਰ। ਅਤੇ ਮੈਂ ਫਿਰ ਉਹਨਾਂ ਕੋਲ ਬੋਰੀ ਦੇਖ ਕੇ ਜਦੋਂ ਮੈਂ ਖੋਲ੍ਹ ਕੇ ਦੇਖਿਆ ਅਤੇ ਮੈਨੂੰ ਜਿੱਦਾਂ ਕੋਈ ਜਿੱਦਾਂ ਬੰਬ ਵਰਗੀ ਚੀਜ਼ ਨਜ਼ਰ ਆਈ, ਅਤੇ ਮੈਂ ਫਿਰ ਤੁਰੰਤ ਹੀ SHO ਸਾਹਿਬ ਨੂੰ ਫੋਨ ਕਰਕੇ ਅਤੇ ਮੈਂ ਉਹਨਾਂ ਨੂੰ ਜਾਣਕਾਰੀ ਦੇ ਦਿੱਤੀ, ਅਤੇ ਉਸ ਤੋਂ ਬਾਅਦ ਪੁਲਿਸ ਆਈ ਹੈ ਅਤੇ ਆਪਣਾ ਨਾਲ ਲੈ ਕੇ ਚੱਲ ਗਈ। ਇਹ ਸਰ ਜੀ ਇਹ ਦਮੋਰੀਆ ਪੁੱਲ ਬਿਲਕੁਲ ਉੱਪਰ ਜਿਹੜੀ ਜਾਲੀ ਲੱਗੀ ਹੈ ਵਿਚਕਾਰ ਕਰਕੇ, ਉਹ ਬੱਚੇ ਕਹਿੰਦੇ ਅਸੀਂ ਉੱਧਰੋਂ ਆ ਰਹੇ ਸੀ ਅਤੇ ਸਾਨੂੰ ਝੋਲੇ ਦੇ ਵਿੱਚ ਪਿਆ ਸੀਗਾ, ਅਤੇ ਅਸੀਂ ਦੇਖਿਆ ਅਤੇ ਅਸੀਂ ਸੋਚਿਆ ਵੀ ਕੋਈ ਲੋਹਾ ਲੋਹਾ ਹੈਗਾ, ਅਤੇ ਉਹ ਲੋਹੇ ਦੇ ਚੱਕਰ 'ਚ ਚੱਕ ਕੇ ਲਿਆ ਇੱਧਰ ਲਿਆ ਰਹੇ ਸੀ। ਅੱਜ ਜਿਹੜਾ ਸਾਨੂੰ ਉੱਥੇ ਇੱਕ ਰਾਮਾ ਮੰਡੀ ਏਰੀਏ ਦੇ ਵਿੱਚ ਇੱਕ 2-ਇੰਚ ਮੋਟਰ ਸ਼ੈੱਲ ਜਿਹੜਾ ਮਿਲਿਆ ਵਾ, ਇਹਨੂੰ ਅਸੀਂ ਬੜੀ ਸੇਫਲੀ ਜਿਹੜਾ ਹੈਂਡਲ ਕਰਕੇ ਅਤੇ ਉਹਨੂੰ ਇੱਕ ਸੇਫ ਪਲੇਸ 'ਤੇ ਰੱਖ ਲਿਆ। ਹੁਣ ਅਸੀਂ ਜਿਹੜੀ ਬੰਬ ਡਿਸਪੋਜ਼ਲ ਟੀਮ ਉਹਨੂੰ ਅਸੀਂ ਰਿਕੁਜ਼ਿਟ ਕੀਤਾ ਵਾ, ਉਸ ਜਲਦੀ ਪਹੁੰਚ ਰਹੀ ਆ, ਉਹਦੇ ਬਾਅਦ ਉਹ ਜੋ ਵੀ ਅਗਲੀ ਕਾਰਵਾਈ ਉਹ ਉਹਨੂੰ ਡਿਸਪੋਜ਼ ਆਫ ਕਰਨ ਦੀ ਉਹ ਆਪਾਂ ਕਰ ਦਾਂਗੇ। ਇਹਦੇ ਵਿੱਚ ਇਹ ਕਾਫੀ ਜ਼ਿਆਦਾ ਪੁਰਾਣਾ ਵਾ, ਜੰਗ ਲੱਗਾ ਹੋਇਆ ਬਿਲ ਟੁੱਟਲੀ ਨਾ, ਅਤੇ ਆਪਾਂ ਇਹਦੇ ਬਾਰੇ ਉਹੀ ਟੀਮ ਆ ਕੇ ਦੱਸੇਗੀ ਵੀ ਇਹ ਕੀ ਹੈ, ਮਤਲਬ ਵੀ ਇਹ ਚੱਲ ਸਕਦਾ ਸੀ ਜਾਂ ਨਹੀਂ ਚੱਲ ਸਕਦਾ ਸੀ, ਉਹ ਜ਼ਿਆਦਾ ਐਕਸਪਰਟ ਨੇ, ਉਹ ਫਿਰ ਦੱਸ ਦੇਣਗੇ ਸਾਰਾ। ਦੇਖੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਵੀ ਉੱਥੇ ਕੋਈ ਕੁਆਡ ਹੈ ਜਿਹੜਾ ਪਿਆ, ਜਿਹੜਾ ਜੰਕ ਚਾਰਡ ਹੈ ਉੱਥੇ ਕਿਤੇ ਲਿਆ ਕੇ ਕਿਤੇ ਰੱਖਿਆ ਗਿਆ ਵਾ, ਲੇਕਿਨ ਇਹਦੇ ਵਿੱਚ ਕੋਈ ਮੈਲਾਫਾਈਡ ਨਹੀਂ ਲੱਗਦੀ। ਇਹ ਲੱਗਦੀ ਵੀ ਜਿੱਦਾਂ ਬਲਕ ਦੇ ਵਿੱਚ ਅੱਗੇ ਵੀ ਵੇਖ ਆਪਾਂ ਕੁਆਡੀਆਂ ਦੇ ਕੋਲੋਂ ਇੱਦਾਂ ਦੀ ਚੀਜ਼ਾਂ ਜਿਹੜੀਆਂ ਮਿਲ ਜਾਂਦੀਆਂ, ਸੋ ਇਹਨੂੰ ਅਸੀਂ ਜ਼ਿਆਦਾ ਜਿਹੜੀ ਡੀਪਲੀ ਪ੍ਰੋਬ ਕਰਾਂਗੇ, ਫਿਰ ਆਪਾਂ ਨੂੰ ਸਹੀ ਪਤਾ ਲੱਗੂ ਵੀ ਇਹ ਕਿੱਥੋਂ ਲੈ ਕੇ ਆ ਸੀ, ਇਹ ਜਿਹੜਾ ਸਕ੍ਰੈਪ ਵਗੈਰਾ ਉਹਦੇ ਵਿੱਚ ਹੀ ਕਿਤੇ ਆ ਗਿਆ ਹੋਰ, ਉਹ ਆਪੇ ਸਾਰਾ ਚੈੱਕ ਕਰ ਰਿਹਾ। ਮੋਹਾਲੀ ਵਿੱਚ ਸ਼ੁੱਕਰਵਾਰ ਨੂੰ ਵਿਦੇਸ਼ ਤੋਂ ਪਰਤੀ ਇੱਕ ਮਹਿਲਾ ਕੋਰੋਨਾ ਵਾਇਰਸ ਦੀ ਪੋਜ਼ਿਟਿਵ ਪਾਈ ਗਈ। ਸਿਹਤ ਵਿਭਾਗ ਨੇ ਪੀੜਤ ਮਹਿਲਾ ਨੂੰ ਜਿੱਥੇ ਫੇਜ਼ 6 ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ, ਉੱਥੇ ਹੀ ਮਹਿਲਾ ਦੇ ਪਰਿਜਨਾਂ ਨੂੰ ਵੀ ਆਈਸੋਲੇਟ ਕਰਕੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਹੈ। ਮੋਹਾਲੀ ਦੇ DC ਗਿਰੀਸ਼ ਦਿਆਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਮਰੀਜ਼ ਫੇਜ਼ 3 ਵਿੱਚ ਪੋਜ਼ਿਟਿਵ ਪਾਇਆ ਗਿਆ ਹੈ, ਪ੍ਰਸ਼ਾਸਨ ਨੂੰ ਉਹ ਸਹਿਯੋਗ ਨਹੀਂ ਦੇ ਰਿਹਾ। ਮਰੀਜ਼ PGI ਜਾਣਾ ਚਾਹੁੰਦਾ ਹੈ, ਜਦਕਿ PGI ਵਿੱਚ ਮਰੀਜ਼ ਨੂੰ ਉਦੋਂ ਹੀ ਸ਼ਿਫਟ ਕੀਤਾ ਜਾਏਗਾ ਜਦੋਂ ਉਸਦੀ ਹਾਲਤ ਨਾਜ਼ੁਕ ਹੋਏਗੀ। ਸਵਾਲਾਂ ਦਾ ਜਵਾਬ ਦਿੰਦਿਆਂ DC ਨੇ ਕਿਹਾ ਕਿ ਬਾਹਰ ਤੋਂ ਆਏ ਲੋਕ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਕੇ ਉਹਨਾਂ ਨਾਲ ਸਹਿਯੋਗ ਕਰਨ। DC ਨੇ ਕਿਹਾ ਕਿ ਅਫਵਾਹਾਂ ਦੀ ਬਾਜ਼ਾਰ ਬਹੁਤ ਗਰਮ ਹੈ, ਇਸ ਲਈ ਲੋਕਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੋ ਸਹੀ ਜਾਣਕਾਰੀ ਹੈ ਉਹੀ ਲੋਕਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਹੈ। ਦੇਖੀਏ ਜੀ, ਇਹ ਜਿਹੜਾ ਕੇਸ ਹੈ, ਵਨ ਲੇਡੀ ਕਾਲਡ ਗੁਰਦੇਵ ਕੌਰ, ਉਹ 69 ਈਅਰਸ ਦੀ ਸੀਗੀ, ਤੋ ਉਹ UK ਤੋਂ ਆਏ ਸੀ। ਉਹ ਆ ਕੇ ਮੈਕਸ ਗਏ ਸੀ ਟੈਸਟ ਕਰਾਉਣ ਲਈ, ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ 18 ਨੂੰ, ਇਹ ਮੇਲ ਕੀਤੀ ਉਹਨਾਂ ਨੇ ਮੈਕਸ ਵਾਲੇ ਨੇ, ਤੋ ਉਹ PGI ਟੈਸਟ ਭੇਜਿਆ ਸੀ, ਉਹ ਪੋਜ਼ਿਟਿਵ ਆ ਗਈ। ਸੋ ਲੱਕੀਲੀ ਸ਼ੀ ਹੈਜ਼ ਨੋਟ ਬੀਨ ਮੀਟਿੰਗ ਐਨੀਬਡੀ। ਉਹਨਾਂ ਦੀ ਸਿਸਟਰ ਹੈ ਇੱਕ, 74 ਈਅਰਸ ਦੀ,
ਸੋ ਉਹ ਅਤੇ ਉਹਨਾਂ ਦਾ ਇੱਕ ਸਨ ਹੈ, ਉਹ ਤਿੰਨਾਂ ਨੂੰ ਅਸੀਂ ਕੁਆਰੰਟੀਨ 'ਚ ਲੈ ਗਏ। ਬਟ ਇਹ ਮੈਨੂੰ ਸਟੇਟ ਕਰਦੇ ਹੋਏ ਕਾਫੀ ਮਤਲਬ ਦੁੱਖ ਦੀ ਗੱਲ ਹੈ, ਮੈਂ ਮਹਿਸੂਸ ਕਰਦਾ ਕਿ ਸਿਵਲ ਸਰਜਨ ਨੇ ਕਿਹਾ ਕਿ ਉਹਨਾਂ ਨੇ ਬਹੁਤ ਪ੍ਰੋਟੈਸਟ ਕੀਤਾ ਕਿ ਬਈ ਅਸੀਂ PGI ਜਾਵਾਂਗੇ, ਅਸੀਂ ਮੈਕਸ ਨਹੀਂ ਜਾਵਾਂਗੇ, ਜਦੋਂ ਕਿ ਅਸੀਂ PGI ਵੀ ਗੱਲ ਕੀਤੀ ਤਾਂ PGI ਨੇ ਕਿਹਾ ਕਿ ਬਈ ਅਨਲੈਸ ਵੈਂਟੀਲੇਟਰ ਇਜ਼ ਰਿਕੁਆਇਰਡ ਯੂ ਪਲੀਜ਼ ਕੀਪ ਦੈਮ ਇਨ ਯੋਰ ਡਿਸਟ੍ਰਿਕਟ। ਐਂਡ ਐਨੀਵੇ ਵੀ ਵੈਨ ਯੂ ਆਰ ਗੋਇੰਗ ਇਨ ਟੂ ਕੁਆਰੰਟੀਨ ਯੂ ਕੈਨੋਟ ਡਿਸਾਈਡ ਕਿ ਕਿੱਥੇ ਤੁਸੀਂ ਕੁਆਰੰਟੀਨ 'ਚ ਜਾਣਾ ਹੈ। ਉਹਨਾਂ ਨੇ ਉੱਥੇ ਕਾਫੀ ਰੌਲਾ ਰੱਪਾ ਪਾਇਆ, ਰਿਟਨ 'ਚ ਕੰਪਲੇਂਟ ਕੀਤੀ ਹੈ ਸਿਵਲ ਸਰਜਨ ਨੇ ਮੈਨੂੰ ਕਿ ਬਈ ਉਹ ਕਹਿੰਦੇ ਕਿ ਫੜ ਲਓ ਸਾਨੂੰ, ਗੋਲੀ ਮਾਰ ਦਿਓ। ਦਿਸ ਦ ਥਿੰਗ ਇਜ਼ ਦੈਟ ਇਹ ਬਿਮਾਰੀ ਆਪਣੇ ਆਪ 'ਚ ਜਾਨਲੇਵਾ ਨਹੀਂ ਹੈ, ਅਸੀਂ ਬਹੁਤ ਪੈਨਿਕ ਨਾ ਕਰੀਏ, ਅਸੀਂ ਇਸ ਚੀਜ਼ ਨੂੰ ਇੱਕ ਚੰਗੇ ਸੁਲਝੇ ਇਨਸਾਨ ਦੀ ਤਰ੍ਹਾਂ ਲਈਏ। ਜੇ ਸਾਨੂੰ ਕੋਈ ਬਿਮਾਰੀ ਹੈ ਤਾਂ ਸਾਨੂੰ ਡਾਕਟਰ ਕੋਲ ਜਾਣਾ ਹੈ। ਅਸੀਂ ਤਾਂ ਨੋਟ ਓਨਲੀ ਸਿਵਲ ਹਸਪਤਾਲ 'ਚ, ਸਾਡੇ ਕੋਲ ਵੈਂਟੀਲੇਟਰ ਹਜੇ ਨਹੀਂ ਹੈ ਬਿਕੋਜ਼ ਸਾਡਾ ਮੈਡੀਕਲ ਕਾਲਜ ਬਣ ਰਿਹਾ ਹੈ। ਸੋ ਅਸੀਂ ਮੈਕਸ 'ਚ ਟਾਈਪ ਕੀਤਾ ਹੋਇਆ, ਫੋਟਿਸ 'ਚ ਟਾਈਪ ਕੀਤਾ ਹੋਇਆ, ਦੇ ਰਿਫਿਊਜ਼ਡ, ਦੇ ਬਿਹੇਵਡ, ਆਈ ਐਮ ਇਨਫੋਰਮਡ ਦੈਟ ਦੇ ਬਿਹੇਵਡ ਵੈਰੀ ਰੂਡਲੀ ਵਿਦ ਦ ਸਟਾਫ, ਵਿਦ ਦ ਪੁਲਿਸ, ਐਂਡ ਦੇ ਹੈਡ ਟੂ ਬੀ ਲਿਟਰਲੀ ਫੋਰਸਡ। ਸੋ ਦਿਸ ਇਜ਼ ਨੋਟ ਕਰੈਕਟ। ਆਈ ਅਪੀਲ ਦੈਟ, ਅੱਛਾ ਦੈਨ ਅਗੇਨ ਵੀ ਹੈਵ ਹੈਡ ਕੇਸਿਸ ਆਫ ਪੀਪਲ ਨੋਟ ਅੰਡਰਗੋਇੰਗ ਹੋਮ ਕੁਆਰੰਟੀਨ। ਹੋਮ ਕੁਆਰੰਟੀਨ 'ਚ ਕੋਈ ਸਟਿਗਮਾ ਨਹੀਂ ਹੈ, ਤੁਸੀਂ ਬਾਹਰ ਗਏ ਹੋ, ਮੈਂ ਖੁਦ ਹੀ ਹੋਮ ਕੁਆਰੰਟੀਨ 'ਚ ਰਿਹਾ 14 ਦਿਨ ਜੀ। ਸੋ ਤੁਸੀਂ ਬਾਹਰ ਗਏ ਹੋ, ਤੁਸੀਂ ਐਜ਼ ਅ ਪ੍ਰੀਕੋਸ਼ਨ ਘਰ 'ਚ ਹੋ, ਇਹਦੇ ਵਿੱਚ ਘਰ 'ਚ ਰਹਿਣ 'ਚ ਕੀ ਪ੍ਰੋਬਲਮ ਹੈ? ਅਸੀਂ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰ ਰਹੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰ ਰਹੇ ਹਾਂ, ਆਪਣੇ ਪੇਰੈਂਟਸ ਨੂੰ ਪ੍ਰੋਟੈਕਟ ਕਰ ਰਹੇ ਹਾਂ। ਸੋ ਜੋ ਬੰਦੇ ਅੱਜ ਵੀ, ਸਾਡੀ ਇੱਕ ਫਲਾਈਟ ਆ ਰਹੀ ਹੈ 143 ਪੈਸੇਂਜਰਸ ਦੀ, ਤੋ ਸਾਡੀ ਅਪੀਲ ਉਹਨਾਂ ਨੂੰ ਵੀ ਇਹ ਹੈ ਕਿ ਵੀ ਤੁਸੀਂ ਮਤਲਬ ਉਹਨੂੰ ਅਸੀਂ ਸਕਰੀਨ ਕਰਾਂਗੇ ਜਿਹੜੇ ਬੰਦੇ। ਫਲਾਈਟ ਦੁਬਈ ਤੋਂ ਆ ਗਈ ਜੀ, ਦੁਬਈ ਤੋਂ ਫਲਾਈਟ ਆ ਗਈ, ਹੁਣ 2 ਵਜੇ ਹੈ ਚੰਡੀਗੜ੍ਹ ਏਅਰਪੋਰਟ 'ਤੇ। ਉਹਦੇ ਵਿੱਚ ਜਿਹੜੇ ਬੰਦੇ ਇੱਥੇ ਰਹਿ ਰਹੇ ਹੈ ਉਹਨਾਂ ਦੀ ਵੀ ਲਿਸਟ ਆ ਜਾਏਗੀ। ਅਸੀਂ ਇਹ ਕਰਾਂਗੇ ਕਿ ਵੀ ਤੁਸੀਂ ਆਪਣੇ ਘਰ 'ਚ ਰਹੋ। ਹੋਮ ਕੁਆਰੰਟੀਨ ਦੇ ਕਈ ਮਤਲਬ ਐਡਵਾਈਜ਼ਰੀਜ਼ ਹੈਗੀਆਂ ਕਿ ਤੁਸੀਂ ਕਮਰਾ ਅਲੱਗ ਰੱਖ ਲਓ, ਹੋ ਸਕਦਾ ਤਾਂ ਵਾਸ਼ਰੂਮ ਵੱਖਰਾ ਯੂਜ਼ ਕਰੋ। ਉਹ ਸਾਰੀ ਐਡਵਾਈਜ਼ਰੀਜ਼ ਨੂੰ ਫੋਲੋ ਕਰਕੇ ਇਟ ਇਜ਼ ਹੋਪਫੁਲੀ ਵੀ ਵਿਲ ਬੀ ਏਬਲ ਟੂ ਗੈਟ ਓਵਰ ਇਟ। ਬਟ ਮੇਰੀ ਸਿਰਫ ਇੰਨੀ ਰਿਕੁਐਸਟ ਹੈ ਕਿ ਅਸੀਂ ਥੋੜ੍ਹਾ ਚੀਜ਼ ਨੂੰ ਰਿਸਪੋਂਸੀਬਲੀ ਕਰੀਏ। ਸੈਕਿੰਡ ਮੇਰੀ ਅਪੀਲ ਹੈ ਕਿ ਬਈ ਰੂਮਰਸ ਕਾਫੀਆਂ ਫੈਲ ਰਹੀਆਂ ਨੇ, ਉਹ ਗਲਤ ਹੈ। ਅਸੀਂ ਵੀ ਆਪਣਾ ਟਵਿੱਟਰ ਅਕਾਊਂਟ, ਮੈਂ DPRO ਸਾਹਿਬ ਨੂੰ ਕਿਹਾ ਹੈ ਕਿ ਉਹਨੂੰ APRO ਸਾਹਿਬ ਨੂੰ ਕਿ ਇਹਨੂੰ ਰੀਐਕਟੀਵੇਟ ਕਰੋ, ਅਸੀਂ ਜਿਹੜੀ ਕਰੈਕਟ ਇਨਫੋਰਮੇਸ਼ਨ ਹੈ ਉੱਥੇ ਦੇ ਦਾਂਗੇ। ਕੱਲ੍ਹ ਤੋਂ ਸਾਨੂੰ ਵੀ ਕਾਫੀ ਗਲਤ ਇਨਫੋਰਮੇਸ਼ਨ ਆ ਰਹੀ, ਜਿਹਦੇ ਕਰਕੇ ਬਹੁਤ ਪੈਨਿਕ ਹੋ ਜਾਂਦਾ ਹੈ। ਜਿਵੇਂ ਆਇਆ ਸੀ ਕਿ ਚੰਡੀਗੜ੍ਹ ਸ਼ਟਡਾਊਨ ਹੋ ਰਿਹਾ ਹੈ, ਫਿਰ ਆਇਆ ਕਿ ਵੀ ਜਿਹੜੀ ਇੱਕ ਲੇਡੀ, ਕਿ ਇੱਕ ਹੁਣ ਦੇਖੀਏ, ਹੁਣੇ ਮੈਡਮ ਮੈਨੂੰ ਇਨਫੋਰਮ ਕਰ ਰਹੇ ਹੈ, ਪਹਿਲਾਂ ਇੱਕ ਖਬਰ ਆਈ ਕਿ ਅਨੰਦਪੁਰ ਸਾਹਿਬ ਲੋਕਡਾਊਨ 'ਚ ਹੋ ਗਿਆ ਹੈ ਕਿਉਂਕਿ ਜਿਹੜਾ ਬੰਦਾ ਉਹ ਹੋਲਾ ਮੋਲਾ, ਉਹ ਵੀ ਗਲਤ ਇਨਫੋਰਮੇਸ਼ਨ। ਸੋ ਮੇਰੀ ਇਹ ਅਪੀਲ ਸਾਰੇ ਮੀਡੀਆ ਵਾਲਿਆਂ ਨੂੰ ਵੀ ਹੈ, ਅਤੇ ਮੈਂ ਆਪਣੇ ਵੱਲੋਂ ਵੀ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿੰਨੀ ਫਾਸਟ ਅਪਡੇਟ ਕਿਸੇ ਚੀਜ਼ ਦੀ ਦਿੱਤੀ ਜਾ ਸਕਦੀ ਅਸੀਂ ਦੇ ਦਈਏ। ਬਟ ਰੂਮਰਸ ਨੂੰ ਥੋੜ੍ਹਾ ਰੋਕੀਏ, ਬਿਕੋਜ਼ ਇਹਦੇ ਨਾਲ ਨਾ ਪੈਨਿਕ ਹੋ ਜਾਂਦਾ। ਇਸ ਵੇਲੇ ਕੋਈ, ਜਿਵੇਂ ਕੱਲ੍ਹ ਪ੍ਰਾਈਮ ਮਿਨਿਸਟਰ ਸਾਹਿਬ ਨੇ ਪੂਰੀ ਇੰਨੀ ਵਧੀਆ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਤੁਸੀਂ ਆਪਣਾ ਸੈਲਫ ਰਿਸਟ੍ਰੇਨ ਕਰੋ, ਬਟ ਇਹ ਚੀਜ਼ ਨੂੰ ਅਸੀਂ ਜ਼ਰੂਰ ਇਸ ਬਿਮਾਰੀ ਤੋਂ ਜਿੱਤ ਸਕਦੇ ਹਾਂ, ਬਟ ਸਾਨੂੰ ਥੋੜ੍ਹਾ ਜਿਹਾ ਰਿਸਪੋਂਸੀਬਲੀ ਬਿਹੇਵ ਕਰਨਾ ਪਏਗਾ। ਅੱਜ ਅਸੀਂ ਇੱਕ ਮੀਟਿੰਗ ਹੋਰ ਕਰੀ ਹੈ ਕਿ ਵੀ ਅਸੈਂਸ਼ੀਅਲਸ, ਜਿਵੇਂ ਸਬਜ਼ੀ ਮੰਡੀ, ਕੱਲ੍ਹ ਇਹ ਬਹੁਤ ਰੂਮਰ ਹੋਈ ਕਿ ਵੀ ਸਬਜ਼ੀ ਮੰਡੀਆਂ ਬੰਦ ਕਰਤੀਆਂ, ਮੰਡੀਆਂ ਨਹੀਂ ਬੰਦ ਕੀਤੀ, ਜਿਹੜੀ ਆਪਣੀ ਮੰਡੀ ਜਾਂ ਵੀਕਲੀ ਮੰਡੀ ਹੁੰਦੀ ਹੈ ਜਿੱਥੇ 1000 ਦਾ ਇਕੱਠ ਹੋ ਜਾਂਦਾ ਹੈ, 500 ਦਾ ਇਕੱਠ ਹੋ ਜਾਂਦਾ ਹੈ, ਉਹ ਚੀਜ਼ਾਂ ਅਸੀਂ ਬੰਦ ਕੀਤੀਆਂ ਸੀ, ਕਿਉਂਕਿ ਉੱਥੇ ਟਰਾਂਸਮਿਸ਼ਨ ਦਾ ਸਕੇਅਰ ਜ਼ਿਆਦਾ ਹੈ। ਰਾਤ ਨੂੰ ਅਸੀਂ ਇੱਕ ਮੀਟ ਮਾਰਕੀਟ ਬੰਦ ਕੀਤੀ ਕਿਉਂਕਿ ਉੱਥੇ ਜ਼ਿਆਦਾ ਬੰਦੇ ਇਕੱਠੇ ਹੋ ਜਾਂਦੇ। ਬਟ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਹੌਕਰਸ ਹੈਗੇ, ਜੇ ਘਰ ਘਰ 'ਚ ਜਾ ਕੇ ਦਿੰਦੇ ਸਬਜ਼ੀਆਂ, ਉਹ ਦਿੰਦੇ ਰਹਿਣ, ਜੋ ਸੈਕਟਰਾਂ 'ਚ ਸਬਜ਼ੀਆਂ ਦੀ ਮਾਰਕੀਟਸ ਹੈਗੀਆਂ ਉਹ ਚੱਲਦੀਆਂ ਰਹਿਣ, ਮੈਡੀਕਲ ਸ਼ੋਪਸ ਚੱਲਦੀਆਂ ਰਹਿਣ ਤੁਹਾਡੀਆਂ। ਸੋ ਅਸੈਂਸ਼ੀਅਲ ਸਰਵਿਸਿਜ਼ ਜਿਹੜੀਆਂ ਵੀ ਵਿਲ ਇਨਸ਼ੋਰ, ਪੀਪਲ ਸ਼ੁੱਡ ਨੋਟ ਪੈਨਿਕ। ਐਂਡ ਇਟ ਇਜ਼, ਜੋ ਵੀ ਰੂਮਰਸ ਹੈ, ਮੈਂ ਅਪੀਲ ਕਰਾਂਗਾ ਉਹਨੂੰ ਬਿਲੀਵ ਨਾ ਕਰੋ, ਉਹਨੂੰ ਕਿਸੇ ਔਥੈਂਟਿਕ ਸੋਰਸ ਨਾਲ ਵੈਰੀਫਾਈ ਕਰ ਲਿਓ, ਉਹ ਤੋਂ ਬਾਅਦ ਹੀ ਕੋਈ ਉਹਦੇ 'ਤੇ ਐਕਸ਼ਨ। ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਨਾਲ ਲੱਗਦੇ ਪਿੰਡ ਨੰਗਲ ਮਾਜਾ ਵਿੱਚ ਸ਼ੱਕੀ ਹਾਲਾਤਾਂ ਦੇ ਚਲਦਿਆਂ ਇੱਕ ਕਿਸਾਨ ਨੇ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਘਰ ਦੇ ਕਮਰੇ ਅੰਦਰ ਸ਼ਰਾਬ ਦਾ ਸੇਵਨ ਕਰ ਰਿਹਾ ਸੀ ਕਿ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ਨੂੰ ਸੁਣ ਕੇ ਉਸਦਾ ਭਰਾ, ਜੋ ਕਿ ਵਿਦੇਸ਼ ਤੋਂ ਵਾਪਸ ਆਇਆ ਸੀ, ਉਹ ਕਮਰੇ ਦੇ ਬਾਹਰ ਜਾ ਕੇ ਦੇਖਣ ਲੱਗਾ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੂੰ ਧੱਕੇ ਮਾਰ ਕੇ ਉਸ ਨੂੰ ਖੋਲ੍ਹਿਆ। ਜਦੋਂ ਉਸਨੇ ਅੰਦਰ ਦੇਖਿਆ ਤਾਂ ਜਸਵੀਰ ਸਿੰਘ ਆਪਣੇ ਬੈੱਡ 'ਤੇ ਮ੍ਰਿਤਕ ਪਿਆ ਸੀ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਹਦਾ ਨਾਂ ਜਸਵੀਰ ਸਿੰਘ, ਪੁੱਤਰ ਹਰਭਜਨ ਸਿੰਘ, ਉਮਰ ਇਹਦੀ ਅਬਾਊਟ 61 ਸਾਲ। ਇਹਦੇ ਜਿਹੜੇ ਅੱਜ ਕਰੀਬ 7:30 ਵਜੇ
ਇਹਨੇ ਆਪਣੇ ਕਮਰੇ ਵਿੱਚ ਆਪਣੀ ਪੌੜਪੜੀ 'ਚ ਸੱਜੇ ਪਾਸੇ ਆਪਣੀ ਲਸਾਂਸੀ ਰਿਵਾਲਵਰ ਬੱਤੀ ਬੋਰ ਨਾਲ ਗੋਲੀ ਮਾਰ ਕੇ ਇਹਨੇ ਆਪਣੀ ਜਿਹੜੀ ਆ ਸੁਸਾਈਡ ਆਤਮ ਹੱਤਿਆ ਕਰ ਲਈ ਹੈ। ਕੁਛ ਕਾਰਨਾਂ ਦਾ ਪਤਾ ਲੱਗਿਆ ਜੀ? ਕਾਰਨ ਇਹ ਵੀ ਜਦੋਂ ਇਹਨੇ ਗੋਲੀ ਮਾਰੀ ਇਹਦੇ ਘਰ ਵਿੱਚ ਇਹਦਾ ਵੱਡਾ ਭਰਾ ਦਲਜੀਤ ਸਿੰਘ ਜਿਹੜਾ ਸਮੇਤ ਪਰਿਵਾਰ ਕਨੇਡਾ ਰਹਿੰਦਾ ਉਹ ਆਪਣੇ ਕਮਰੇ ਸੀ ਅਤੇ ਇਹਦੀ ਜਿਹੜੀ ਪਤਨੀ ਆ ਉਹ ਰਸੋਈ 'ਚ ਸੀ ਅਤੇ ਇਹ ਕਮਰੇ 'ਚ ਗਿਆ ਇਹਨੇ ਕੁੰਡੀ ਅੰਦਰੋਂ ਲਾਈ ਸੀ ਅਤੇ ਸ਼ਰਾਬ ਇਹਨੇ ਪੀਤੀ ਸੀ ਸ਼ਰਾਬ ਪੀਂਦਾ ਹੀ ਇਹਨੇ ਉੱਥੇ ਜਿਹੜਾ ਸ਼ਰਾਬੀ ਹਾਲਤ ਵਿੱਚ ਹੀ ਕੋਈ ਪਰੇਸ਼ਾਨੀ ਕਰਕੇ ਜਿਹੜੀ ਆ ਆਪਣੇ ਆਪ ਨੂੰ ਜਿਹੜੀ ਆ ਸੱਜੇ ਪਾਸੇ ਪੁੜੀ 'ਚ ਗੋਲੀ ਮਾਰ ਕੇ ਅਤੇ ਕੀ ਲੱਗਦਾ ਮੌਕੇ 'ਤੇ ਕੋਈ ਸ਼ਰਾਬ ਵਗੈਰਾ ਬੋਤਲਾਂ ਵਗੈਰਾ ਵੀ ਬਰਾਮਦ ਹੋਈਆਂ? ਬਹੁਤ ਮੌਕੇ 'ਤੇ ਅੱਧੀ ਕੁ ਬੋਤਲ ਸ਼ਰਾਬ ਦੀ ਰੋਇਲ ਚੈਲੇਂਜ ਸ਼ਰਾਬ ਦੀ ਪਈ ਆ, ਸੋਡਾ ਪਿਆ ਸੀ, ਗਲਾਸੀ ਪਈ ਸੀ। ਕੋਈ ਸੁਸਾਈਡ ਨੋਟ ਵੀ ਮਿਲਿਆ? ਸੁਸਾਈਡ ਨੋਟ ਕੋਈ ਨਹੀਂ ਮਿਲਿਆ, ਅਸੀਂ ਸਾਰੇ ਇਹਨਾਂ ਦੀ ਸਰਚ ਕੀਤੀ, ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਸਰ ਜਿਹੜੀ ਮ੍ਰਿਤਕ ਦੀ ਪਤਨੀ ਆ ਉਹਨੇ ਕੋਈ ਦੱਸਿਆ ਵੀ ਕੀ ਗੱਲ ਕੀ ਹੋਈ ਆ? ਮ੍ਰਿਤਕ ਦੀ ਪਤਨੀ ਗੁਰਦੀਪ ਕੌਰ ਨੇ ਆਪਣੇ ਬਿਆਨ 'ਚ ਲਿਖਾਇਆ ਵੀ ਇਹ ਜਿਹੜਾ ਵੀ ਸ਼ਰਾਬ ਰੋਜ਼ਾਨਾ ਪੀਣ ਦਾ ਆਦੀ ਸੀ ਅਤੇ ਇਹ ਅੱਜ ਖੇਤਾਂ 'ਚੋਂ ਆਇਆ, ਖੇਤੀ ਕਰਕੇ ਟਰੈਕਟਰ ਚਲਾਉਂਦਾ ਰਿਹਾ ਸਾਰਾ ਦਿਨ ਅਤੇ ਸ਼ਾਮ ਨੂੰ ਆ ਕੇ ਇਹ ਜਿਹੜਾ ਕਮਰੇ ਆਪਣੇ ਚਲਾ ਗਿਆ ਅਤੇ ਕਮਰੇ ਜਾ ਕੇ ਜਿਹੜਾ ਸ਼ਰਾਬ ਪੀਂਦਾ ਸੀ ਤਾਂ ਉਹ ਰਸੋਈ ਵਿੱਚ ਸੀ ਅਤੇ ਜਿਹੜਾ ਵੱਡਾ ਇਹਦਾ ਭਰਾ ਆ ਦਲਜੀਤ ਸਿੰਘ ਅਬਾਊਟ 70 ਈਅਰ ਦਾ ਉਹ ਕਨੇਡਾ ਤੋਂ ਆਏ ਉਹ ਆਪਣੇ ਕਮਰੇ ਸੀ ਅਤੇ ਜਦੋਂ ਇਹਨੇ ਗੋਲੀ ਦੀ ਆਵਾਜ਼ ਸੁਣੀ ਤਾਂ ਉਹਨਾਂ ਇਹਦਾ ਬੂਹਾ ਖੜਕਾਇਆ ਅਤੇ ਇਹਨੇ ਬੂਹਾ ਨਹੀਂ ਖੋਲ੍ਹਿਆ ਅਤੇ ਜਦੋਂ ਉਹਨਾਂ ਧੱਕਾ ਮਾਰਿਆ ਤਾਂ ਕੁੰਡਾ ਇਹਨੇ ਲਾਇਆ ਸੀ ਥੋੜ੍ਹਾ ਜਿਹਾ ਤਾਂ ਕੁੰਡਾ ਪਿੱਛੇ ਨੂੰ ਜਿਹੜਾ ਪੱਟ ਕੇ ਖੁੱਲ੍ਹ ਗਿਆ ਅਤੇ ਅੰਦਰ ਜਿਹੜੀ ਹੈ ਜੇ ਬੈੱਡ ਦੇ ਉੱਤੇ ਡੈੱਡ ਬੋਡੀ ਪਈ ਸੀ ਅਤੇ ਇਹਦੇ ਜਿਹੜੇ ਪੈਰ ਆ ਉਹ ਥੱਲੇ ਲੰਮ ਕਰ ਰਹੇ ਸੀ ਬੈੱਡ ਤੋਂ ਅਤੇ ਇਹਨੇ ਜਿਹੜੀ ਪੁੜਪੜੀ 'ਚ ਆਪਣੇ ਸੱਜੇ ਪਾਸੇ ਸਿਰ ਗੋਲੀ ਮਾਰ ਕੇ। ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ? ਪਹਿਲਾਂ ਗੁਰਦੀਪ ਕੌਰ ਦੇ ਬਿਆਨ 'ਤੇ ਅਸੀਂ 174 CRPC ਤਹਿਤ ਕਾਰਵਾਈ ਕਰ ਰਹੇ ਹਾਂ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਛ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ, ਸਤਿ ਸ਼੍ਰੀ ਅਕਾਲ। Wish to study and settle abroad? With India's most trusted company, more than 3,000 plus visas in the past year. Meet international delegates. Get scholarship up to rupees 40 lakhs. More than 2,000 plus programs to choose from. Awarded number one consultant by Canadian and American institutes. Visit www.landmarkimmigration.com.